ਇਹ ਮੇਨ ਚੌਂਕ ਹੈ ਜੀ, ਇਹ ਮੇਨ ਚੌਂਕ ਨੂੰ ਤੁਸੀਂ ਖੁਦੀ ਚੌਂਕ ਵੀ ਕਹਿ ਸਕਦੇ ਹੋ। ਅਸੀਂ ਉਰੇ ਦੁਕਾਨਦਾਰ ਹਾਂ, ਅਸੀਂ ਡੇਲੀ ਦੇਖਦੇ ਹਾਂ, ਡੇਲੀ ਐਕਸੀਡੈਂਟ ਹੁੰਦਾ, ਡੇਲੀ ਐਕਸੀਡੈਂਟ ਹੁੰਦਾ। ਕੈਮਰੇ ਨੇ ਲੰਮੇ ਸਮੇਂ ਤੋਂ ਉਹ ਵੀ ਬੰਦ ਨੇ, ਸਕੂਲ ਦੀਆਂ ਵੈਨਾਂ ਨੇ ਜਿਹੜੀਆਂ ਉਹ ਵੀ ਰੋਂਗ ਸਾਈਡ ਜਾਂਦੀਆਂ ਨੇ। ਅਜੇ ਹੋਰ ਵੀ ਆਉਣਗੇ, ਉਹ ਵੀ ਦੇਖੋਗੇ ਤੁਸੀਂ ਇੱਥੋਂ ਲੰਘਦੇ ਨੇ। ਬੱਚਿਆਂ ਦੇ ਕੌਣ ਜ਼ਿੰਮੇਵਾਰ ਆ, ਜਿਹੜੇ ਬੈਠੇ ਬੈਠੇ ਨੇ ਬੱਚੇ ਰੋਂਗ ਸਾਈਡ ਦੇ ਉੱਤੋਂ ਗੱਡੀ ਲੈ ਕੇ ਆ ਰਹੇ ਨੇ, ਰੋਂਗ ਸਾਈਡ ਤੋਂ ਗੱਡੀ ਲੈ ਕੇ ਆ ਰਹੇ ਨੇ। ਭਾਈ ਸਾਹਿਬ ਰੋਂਗ ਸਾਈਡ ਤੋਂ ਕਿਉਂ ਲੈ ਕੇ ਆ ਰਹੇ ਹੋ, ਅੱਗੇ ਕੱਟ ਬਣਿਆ ਹੋਇਆ ਕਿਉਂ ਨਹੀਂ ਲੈ ਕੇ ਆਏ? ਨਵਾਂ ਨਵਾਂ ਆਏ ਹੋ, ਤੁਹਾਨੂੰ ਕੱਟ ਉੱਥੇ ਪਤਾ ਨਹੀਂ? ਕਾਰਵਾਈ ਬਣਦੀ ਹੈ ਜੀ, ਬਣਦੀ ਹੈ, ਜ਼ਰੂਰ ਕਰਨੀ ਚਾਹੀਦੀ ਹੈ ਕਾਰਵਾਈ, ਇਹਦੇ ਇਹੀ ਤਾਂ ਐਕਸੀਡੈਂਟ ਹੋ ਰਹੇ ਨੇ ਜੀ। ਇੱਥੇ 112 ਜਿਹੜਾ ERV ਵਹੀਕਲ ਹੁੰਦਾ ਹੈ ਪੁਲਿਸ ਅਧਿਕਾਰੀਆਂ ਦਾ, ਉਹ ਮੌਜੂਦ ਰਹਿੰਦਾ, ਉਹ ਕੁਛ ਕਾਰਵਾਈ ਨਹੀਂ ਕਰਦੇ? ਉਹ ਬਿਲਕੁਲ ਨਹੀਂ ਜੀ, ਉਹ ਤਾਂ ਕਦੇ ਰੌਂਡ ਲਾ ਕੇ ਉਸ ਟਾਈਮ ਦੇ ਉੱਤੇ ਹੈਗਾ, ਰੌਂਡ ਲਾ ਕੇ ਉੱਧਰ ਚਲੇ ਜਾਂਦਾ, ਇੱਥੇ ਕੋਈ ਮੌਜੂਦ ਨਹੀਂ ਆ। ਔਰ ਇਸ ਦੇ ਨਾਲ ਹੀ ਮਤਲਬ ਜਿਹੜੀਆਂ ਆਮ ਲਾਈਟਾਂ ਨੇ ਜਿਹੜੀਆਂ ਰੋਡ ਦੇ ਉੱਤੇ ਲੱਗੀਆਂ ਨੇ, ਇਹ ਵੀ ਖਰਾਬ ਨੇ। ਇੱਥੇ ਕੋਈ ਨਹੀਂ, ਬਾਲੀ ਵਾਰ ਰਾਤ ਨੂੰ ਚੋਰੀਆਂ ਵੀ ਇਸੇ ਕਰਕੇ ਹੁੰਦੀਆਂ ਨੇ, ਕੋਈ ਲਾਈਟਾਂ ਦਾ ਪ੍ਰਬੰਧ ਨਹੀਂ। ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ। ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਲੋਕ ਮੁੱਦੇ ਨੇ ਜਿਹੜੇ ਉਹ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਣ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤੱਕ ਲੋਕ ਮੁੱਦੇ ਜਿਹੜੇ ਅਸੀਂ ਚੱਕਦੇ ਹਾਂ, ਲੋਕਾਂ ਦੀ ਆਵਾਜ਼ ਬਣ ਕੇ ਉਹ ਸਰਕਾਰੀ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਣ। ਅਸੀਂ ਇਸ ਵੇਲੇ ਖੜ੍ਹੇ ਹਾਂ ਹਲਕਾ ਅਮਰਗੜ੍ਹ ਦੇ ਕਸਬਾ ਕੁੱਪ ਕਲਾਂ ਦੇ ਵਿੱਚ। ਇਹ ਮੇਨ ਚੌਂਕ ਹੈ ਜੀ, ਇਹ ਮੇਨ ਚੌਂਕ ਨੂੰ ਤੁਸੀਂ ਖੁਦੀ ਚੌਂਕ ਵੀ ਕਹਿ ਸਕਦੇ ਹੋ, ਕਿਉਂਕਿ ਇੱਥੇ ਜਿਹੜਾ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਇੱਥੇ ਦੇ ਲੋਕਾਂ ਨੇ ਕਈ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਗੁਹਾਰ ਲਗਾਈ ਹੈ ਵੀ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਸੁਣੀ ਜਾਵੇ, ਪਰ ਕਿਤੇ ਨਾ ਕਿਤੇ ਇੱਥੇ ਦੇ ਵਸਨੀਕਾਂ ਦੀ, ਇੱਥੇ ਦੇ ਦੁਕਾਨਦਾਰਾਂ ਦੀ, ਜਾਂ ਇੱਥੇ ਦੇ ਕਹਿ ਲਈਏ ਵੀ ਸੀਨੀਅਰ ਸਿਟੀਜ਼ਨਾਂ ਦੀ ਜਿਹੜੀ ਉਹ ਗੱਲ ਹੈ ਉਹ ਕਿਤੇ ਨਾ ਕਿਤੇ ਇਗਨੋਰ ਕੀਤੀ ਜਾਂਦੀ ਹੈ, ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਜਿਹੜਾ ਹਾਲੇ ਤੱਕ ਵੀ ਇਸ ਚੌਂਕ ਦੇ ਵੱਲ ਨਹੀਂ ਗਿਆ ਹੈ। ਤੇ ਤੁਹਾਨੂੰ ਦੱਸ ਦਈਏ ਮੇਨ ਚੌਂਕ ਹੈ, ਸਭ ਤੋਂ ਪਹਿਲੀ ਘਾਟ ਜਿਹੜੀ ਇੱਥੇ ਕੈਮਰੇ ਨੇ ਉਹ ਤਕਰੀਬਨ 2-2.5 ਸਾਲ ਤੋਂ ਚੱਲ ਨਹੀਂ ਰਹੇ। ਬਾਕੀ ਹੋਰ ਕੀ ਜਿਹੜੀਆਂ ਇੱਥੇ ਘਾਟਾਂ ਨੇ ਆਪਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਕੁਝ ਲੋਕ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੀ ਦੁੱਖ ਤਕਲੀਫਾਂ ਨੇ ਉਹ ਤੁਹਾਨੂੰ ਵੀ ਅਸੀਂ ਜਾਣੂ ਕਰਵਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮਾਸਟਰ ਹਰਵੰਸ ਸਿੰਘ ਕੁੱਪਕਲਾਂ, ਔਰ ਅਸੀਂ ਅੱਡੇ ਵਾਲੇ ਤੇ ਇਲਾਕਾ ਨਿਵਾਸੀ ਸਾਰੇ ਹੀ, ਜਿਹੜੀ ਇੱਥੇ ਬੱਸ ਸਟੈਂਡ ਦੇ ਉੱਤੇ ਕੁੱਪਕਲਾਂ ਦਾ ਬੱਸ ਸਟੈਂਡ ਹੈ, ਇਹ ਪਹਿਲਾਂ ਵੀ ਬੇਨਤੀਆਂ ਪ੍ਰਸ਼ਾਸਨ ਨੂੰ ਕੀਤੀਆਂ ਨੇ, ਬਹੁਤ ਵੱਡੀਆਂ ਸਾਨੂੰ ਸਮੱਸਿਆਵਾਂ ਨੇ, ਬੜੇ ਇੱਥੇ ਐਕਸੀਡੈਂਟ ਹੋ ਰਹੇ ਨੇ, ਨਾ ਤਾਂ ਇੱਥੇ ਕੋਈ ਲਾਲ ਬੱਤੀ ਆ, ਔਰ ਬੱਸਾਂ ਇਹ ਚੌਂਕ ਤੋਂ ਉਰਾ ਪਰਾ ਦੂਰ ਦੂਜੇ ਪਾਸੇ ਰੁਕਣ, ਔਰ ਸਪੀਡ ਆ ਜਿਹੜੀ ਇਹ ਗੱਡੀਆਂ ਦੀ ਥੋੜ੍ਹੀ ਜਿਹੀ ਮਤਲਬ ਉਹ ਘੱਟ ਵੀ ਹੋਵੇ, ਔਰ ਇਸ ਦੇ ਨਾਲ ਹੀ ਮਤਲਬ ਜਿਹੜੀਆਂ ਆਮ ਲਾਈਟਾਂ ਨੇ ਜਿਹੜੀਆਂ ਰੋਡ ਦੇ ਉੱਤੇ ਲੱਗੀਆਂ ਨੇ, ਇਹ ਵੀ ਖਰਾਬ ਨੇ। ਇੱਥੇ ਕੋਈ ਨਹੀਂ, ਬਾਲੀ ਵਾਰ ਰਾਤ ਨੂੰ ਚੋਰੀਆਂ ਵੀ ਇਸੇ ਕਰਕੇ ਹੁੰਦੀਆਂ ਨੇ, ਕੋਈ ਲਾਈਟਾਂ ਦਾ ਪ੍ਰਬੰਧ ਨਹੀਂ। ਕੈਮਰੇ ਨੇ ਲੰਮੇ ਸਮੇਂ ਤੋਂ ਉਹ ਵੀ ਬੰਦ ਨੇ, ਔਰ ਰੋਂਗ ਸਾਈਡ ਨੂੰ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਮਤਲਬ ਪ੍ਰਸ਼ਾਸਨ ਨਹੀਂ ਰੋਕ ਰਿਹਾ। ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਆ ਇਹ ਰੋਂਗ ਸਾਈਡ ਵਾਲੀ ਰੁਕ ਸਕਦੀ, ਜੇ ਕੱਟ ਥੋੜ੍ਹਾ ਸੋਹਣਾ ਤੇ ਉੱਪਰ ਰੋਡ ਦੇ ਸਾਹਮਣੇ ਵੀ ਲੱਗੇ ਤਾਂ ਇਹ ਰੋਂਗ ਸਾਈਡ ਵਾਲਾ ਵੀ ਜਾਣੀ ਸਮੱਸਿਆ ਹੱਲ ਹੋ ਸਕਦੀ ਹੈ। ਇਸ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਲਾਕੇ ਦੀਆਂ ਸਾਰੀਆਂ ਜਿਹੜੀਆਂ ਬਹੁਤ ਵੱਡੀਆਂ ਜਾਨੀ ਨੁਕਸਾਨ ਹੋਣ ਵਾਲੀਆਂ ਘਟਨਾਵਾਂ ਇੱਥੇ ਹੋ ਰਹੀਆਂ ਨੇ, ਇਹ ਸਮੱਸਿਆ ਨੂੰ ਮਤਲਬ ਹੱਲ ਕੀਤਾ ਜਾਵੇ,
ਔਰ ਲੱਖਾਂ ਨਿਵਾਸੀਆਂ ਨੂੰ ਧੰਨਵਾਦੀ ਬਣਾਇਆ। ਮਾਸਟਰ ਜੀ ਜੇ ਐਵਰੇਜ ਦੇਖੀਏ ਡੇਲੀ ਇੱਕ ਐਕਸੀਡੈਂਟ ਹੁੰਦਾ, ਕੋਈ ਹਾਈਲਾਈਟ ਹੋ ਜਾਂਦਾ ਤੇ ਕਈ ਗਰੀਬ ਪਰਿਵਾਰ ਨੇ ਕਹਿ ਦਿੰਦੇ ਨੇ ਵੀ ਅਸੀਂ ਥਾਣੇ ਕਚਹਿਰੀਆਂ ਦੇ ਮਤਲਬ ਚੱਕਰ ਕਿਉਂ ਕਰਨੇ ਨੇ ਤੇ ਕੱਟਣੇ ਨੇ। ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਇੱਥੇ ਕੈਮਰੇ ਨੇ, ਤਕਰੀਬਨ ਪਹਿਲਾਂ ਵੀ ਲੋਕਾਂ ਦੀ ਸ਼ਿਕਾਇਤ ਆਈ ਹੈ ਵੀ 2 ਸਾਲ ਤੋਂ ਉੱਪਰ ਦਾ ਜਿਹੜਾ ਸਮਾਂ ਲੰਘ ਚੁੱਕਿਆ ਹੈ, ਕਈ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਪਰ ਕੈਮਰੇ ਵੀ ਨਹੀਂ ਚੱਲੇ। ਨਹੀਂ ਇਹ ਨਾ ਜੀ, ਮਤਲਬ ਕੁਲਵਿੰਦਰ ਸਿੰਘ SHO ਦੀ ਉਸ ਸਮੇਂ ਕੈਮਰੇ ਵੀ ਚੱਲਦੇ ਤੇ ਆ ਰੋਂਗ ਸਾਈਡ ਵਾਲੀਆਂ ਗੱਡੀਆਂ ਨੂੰ ਵੀ ਉਹਨਾਂ ਨੇ ਆਓ ਜੀ ਜ਼ਰੂਰ, ਸਕੂਲ ਦੀਆਂ ਵੈਨਾਂ ਨੇ ਜਿਹੜੀਆਂ ਉਹ ਵੀ ਰੋਂਗ ਸਾਈਡ ਜਾਂਦੀਆਂ ਨੇ, ਕਿਤੇ ਨਾ ਕਿਤੇ ਇਹ ਵੱਡਾ ਹਾਦਸਿਆਂ ਨੂੰ ਸੱਦਾ ਦਿੰਦੀਆਂ ਨੇ। ਇਹ ਜੀ ਜਿਹੜਾ ਰੋਂਗ ਸਾਈਡ ਮਾਟਰੀ ਜੀ ਜਿਹੜਾ ਰੋਂਗ ਸਾਈਡ ਜਾਂਦੀਆਂ ਨੇ ਇਹ ਗੱਡੀਆਂ, ਇੱਥੇ 112 ਜਿਹੜਾ ERV ਵਹੀਕਲ ਹੁੰਦਾ ਹੈ ਪੁਲਿਸ ਅਧਿਕਾਰੀਆਂ ਦਾ, ਉਹ ਮੌਜੂਦ ਰਹਿੰਦਾ, ਉਹ ਕੁਛ ਕਾਰਵਾਈ ਨਹੀਂ ਕਰਦੇ? ਉਹ ਬਿਲਕੁਲ ਨਹੀਂ ਜੀ, ਉਹ ਤਾਂ ਕਦੇ ਰੌਂਡ ਲਾ ਕੇ ਉਸ ਟਾਈਮ ਦੇ ਉੱਤੇ ਹੈਗਾ, ਰੌਂਡ ਲਾ ਕੇ ਉੱਧਰ ਚਲੇ ਜਾਂਦਾ, ਇੱਥੇ ਕੋਈ ਮੌਜੂਦ ਨਹੀਂ ਹੈ। ਇੱਥੇ ਮੌਜੂਦ ਹੋਵੇ, ਸਖਤਾਈ ਦੇ ਨਾਲ ਰੋਕਿਆ ਜਾਵੇ ਤਾਂ ਇਹ ਮਤਲਬ ਕੁਛ ਐਕਸੀਡੈਂਟ ਘੱਟ ਸਕਦੇ। ਸਾਡੇ ਨਾਲ ਯੂਥ ਆਗੂ ਰਘਵੀਰ ਸਿੰਘ ਲਾਡੀ ਆਮ ਆਦਮੀ ਪਾਰਟੀ ਤੋਂ ਮੌਜੂਦ ਨੇ। ਰਘਵੀਰ ਜੀ, ਤੁਸੀਂ ਵੀ ਇਸ ਜਗ੍ਹਾ ਦੇ ਵਸਿੰਦੇ ਹੋ, ਇੱਥੇ ਜੰਮੇ ਪਲੇ ਹੋ, ਤੇ ਕਦੋਂ ਤੋਂ ਇਹ ਜਿਹੜੀ ਪਰੇਸ਼ਾਨੀ ਆ ਰਹੀ ਹੈ, ਕੀ ਮੰਗ ਕਰਦੇ ਤੁਸੀਂ? ਐਕਚੁਅਲੀ ਅੱਜ ਤੋਂ ਨਹੀਂ ਹੈਗੀ, ਕਈ ਸਾਲਾਂ ਤੋਂ ਹੀ ਚੱਲੀ ਆਉਂਦੀ ਹੈ ਪ੍ਰੋਬਲਮ। ਪਹਿਲਾਂ ਇਹ ਸਿੰਗਲ ਰੋਡ ਸੀ, ਹੁਣ ਡਬਲ ਰੋਡ ਹੋ ਗਈ, ਤੇ ਹੁਣ ਜਿਹੜਾ ਹੈਗਾ ਇੱਕ ਤਾਂ ਮੇਨ ਪ੍ਰੋਬਲਮ ਹੈਗੀ ਆ ਬੱਸ ਸਟਾਪ ਦੀ, ਇੱਥੇ ਬੱਸ ਆ ਕੇ ਆ ਚੌਂਕ ਦੇ ਵਿੱਚ ਖੜ ਜਾਂਦੀ ਹੈ, ਜਾਮ ਲੱਗਦਾ ਹੈ। ਬੱਸ ਸਟਾਪ ਅੱਗੇ ਬਣਿਆ ਹੋਇਆ ਜੀ ਫਿਲਹਾਲ, ਉੱਥੇ ਬੱਸ ਨਹੀਂ ਰੁਕਦੀ। ਅਸੀਂ ਬੇਨਤੀ ਬੱਸ ਵਾਲੇ ਨੂੰ ਵੀ ਕਰਦੇ ਹਾਂ, ਉੱਚ ਅਧਿਕਾਰੀਆਂ ਨੂੰ ਵੀ ਕਰਦੇ ਹਾਂ ਵੀ ਇਹਦੇ 'ਤੇ ਗੌਰ ਕੀਤੀ ਹੈ, ਠੀਕ ਨਹੀਂ? ਜਿਹੜਾ ਪ੍ਰੋਪਰ ਬੱਸ ਸਟਾਪ ਬਣਿਆ ਹੋਇਆ ਬੱਸ ਉੱਥੇ ਹੀ ਰੁਕੇ, ਅਤੇ ਬਾਕੀ ਜਦੋਂ ਬੱਸ ਰੁਕਦੀ ਆ ਆਟੋ ਚਾਲਕ ਵਾਲੇ ਜਾਂ ਹੋਰ ਉੱਥੇ ਭੀੜ ਹੋ ਜਾਂਦੀ, ਐਕਸੀਡੈਂਟ ਦਾ ਕਾਰਨ ਬਣਦੀ ਹੈ। ਬਾਕੀ ਜਿਹੜੀ ਹੈਗੀ ਆ ਸਪੀਡ ਵਾਲੀ ਗੱਲ, ਉਹ ਥੋੜ੍ਹੇ ਸਾਈਨ ਲਾਏ ਜਾਣ, 1-2 ਕਿਲੋਮੀਟਰ ਦੂਰ 'ਤੇ ਵੀ ਉੱਥੋਂ ਘੱਟ ਹੋ ਸਕੇ, ਅਤੇ ਇੱਥੇ ਬੱਤੀਆਂ ਦਾ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਬੱਤੀਆਂ ਦਾ ਪ੍ਰਬੰਧ ਕਰਿਆ ਜਾਵੇ ਨਾਲ ਕੈਮਰਿਆਂ ਦਾ। ਇੱਕ ਵੱਡਾ ਹੈਗਾ ਵੀ ਉਹ ਸਾਹਮਣੇ ਜਿਹੜਾ ਕੱਟ ਹੈਗਾ, ਉੱਥੇ DC ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਇਹ ਆ ਕੇ ਮੌਕਾ ਦੇਖਣ, ਉਹ ਸਾਹਮਣੇ ਕੱਟ ਨਿਕਲ ਜਾਵੇ, ਆਹ ਰੌਂਗ ਸਾਈਡ ਬੰਦਾ ਜਾਣੋ ਗਰੇਜ ਕਰੂਗਾ। ਅਸਲ ਦੇ ਵਿੱਚ ਜੇ ਦੇਖਿਆ ਜਾਵੇ, ਪਹਿਲਾਂ ਵੀ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ, ਪਿੰਡ ਵਾਸੀਆਂ ਨੇ ਵੀ ਬਹੁਤ ਵੱਡੇ ਲੈਵਲ 'ਤੇ, ਇੱਥੋਂ ਖਬਰਾਂ ਵੀ ਲੱਗਦੀਆਂ ਨੇ ਪੱਤਰਕਾਰਾਂ ਦੀਆਂ, ਪਰ ਕਹਿ ਲਈਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨ 'ਤੇ ਜੂ ਨਹੀਂ ਸਰਕੀ, ਕੀ ਕਾਰਨ ਮੰਨਦੇ ਹੋ ਜੀ? ਐਕਚੁਅਲੀ ਨਾ ਅੱਜ ਤੋਂ 10-12 ਸਾਲ ਪਹਿਲਾਂ ਐਪਲੀਕੇਸ਼ਨ ਦੇ ਕੇ ਆਏ ਸੀ, ਜਿੰਨੇ ਵੀ ਇੱਥੇ ਬੰਦੇ ਖੜ੍ਹੇ ਹੈਗੇ ਆ, ਉਹ ਆਹ ਜਿਹੜੀ ਹੈਗੀ ਆ ਹੁਣ ਲੇਟੈਸਟ ਕੋਈ ਐਪਲੀਕੇਸ਼ਨ ਨਹੀਂ ਦੇ ਕੇ, ਹੁਣ ਅਸੀਂ ਸਾਰੇ ਰਲ ਮਿਲ ਕੇ ਆਪਦਾ ਦੇ ਪਿੰਡਾਂ ਤੋਂ ਮਤੇ ਪੁਆ ਕੇ DC ਸਾਹਿਬ ਨੂੰ ਪਹੁੰਚ ਕਰਾਂਗੇ ਤਾਂ ਕਿ ਇਹਦੇ 'ਤੇ ਗੌਰ ਹੋ ਸਕੇ। ਅਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਹੀ ਦੂਸਰੇ ਨੌਜਵਾਨ ਆਗੂ ਮੌਜੂਦ ਨੇ। ਮੋਹਨਜੀਤ ਜੀ, ਅਸਲ ਦੇ ਵਿੱਚ ਦੇਖਿਆ ਜਾਂਦਾ ਸਕੂਲ ਬੱਸਾਂ ਵੀ ਕਿਤੇ ਨਾ ਕਿਤੇ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਨੇ, ਬੱਚਿਆਂ ਨਾਲ ਭਰੀਆਂ ਹੋਈਆਂ ਬੱਸਾਂ ਰੌਂਗ ਸਾਈਡ ਜਾਂਦੀਆਂ ਨੇ ਜੀ, ਤੇ ਕੀ ਕਹਿਣਾ ਚਾਹੋਗੇ ਉਸ ਦੇ ਬਾਰੇ? ਹੁਣੇ ਦੇਖਿਆ ਇੱਕ ਬੱਸ ਲੰਘੀ ਆ ਜੀ, ਅਜੇ ਹੋਰ ਵੀ ਆਉਣਗੇ, ਉਹ ਵੀ ਦੇਖੋਗੇ ਤੁਸੀਂ ਇੱਥੋਂ ਲੰਘਦੇ ਨੇ ਜੀ। ਬੱਚਿਆਂ ਦੇ ਕੌਣ ਜ਼ਿੰਮੇਵਾਰ ਆ? ਬੱਚੇ ਜਿਹੜੇ ਵਿੱਚ ਬੈਠੇ ਨੇ, ਬੱਚੇ ਇੱਕ ਇੱਕ ਬੱਸ ਦੇ ਵਿੱਚ 50-60 ਬੱਚੇ ਚੱਲ ਕੇ ਬੱਚੇ ਬਿਠਾਉਣ ਦਾ 20 ਕਿਲੋ ਲਾਊਟ ਆ, ਕੱਢ ਕੇ ਵੀ ਜਾਂਦੇ ਨੇ ਹਾਂ ਸੀਟਾਂ ਮੁਤਾਬਕ। ਹੁਣ ਦੇਖੋ ਵੀ ਤੁਸੀਂ ਅੱਜ ਪਾਸੇ ਦੇਖਿਆ ਹੋ ਤੁਸੀਂ ਕਿੰਨੇ ਬੱਚੇ ਸੀਗੇ, ਕੋਈ ਪ੍ਰਸ਼ਾਸਨ ਦੇਖਦਾ ਨਹੀਂ, ਕੋਈ ਬੱਸਾਂ ਦੇ ਕਾਗਜ਼ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਸਭ ਇੱਦਾਂ ਹੀ ਚੱਲਦੇ ਆ। ਚਲੋ ਕੋਈ ਗੱਲਬਾਤ ਹੋ ਜਾਂਦੀ ਆ ਫਿਰ ਕਹਿੰਦੇ ਜੀ ਐਂ ਕਰਾਂਗੇ ਐਂ ਕਰਾਂ, ਕਰਦਾ ਕੁਛ ਨਹੀਂ। ਅੱਛਾ, ਪੁਲਿਸ ਅਧਿਕਾਰੀਆਂ ਦਾ ਇੱਕ ਦੇਖਣਾ ਹੁੰਦਾ ਵੀ ਵੱਡੀ ਗੱਡੀ ਵਾਲਿਆਂ ਦਾ ਗੁਰੇਜ ਕੀਤਾ ਜਾਂਦਾ ਚਲਾਨ ਕਰਨ ਤੋਂ, ਜਾਂ ਕਹਿ ਲਈਏ ਰਾਜਨੀਤਿਕ ਰੁਤਬਾ ਰੱਖਣ ਵਾਲੇ ਬੰਦਿਆਂ ਤੋਂ ਗੁਰੇਜ ਕੀਤਾ ਜਾਂਦਾ, ਕਿਤੇ ਨਾ ਕਿਤੇ ਮੋਟਰਸਾਈਕਲ ਸਵਾਰਾਂ ਦੇ ਚਲਾਨ ਜ਼ਰੂਰ ਕੱਢ ਦਿੱਤੇ ਜਾਂਦੇ। ਜਿਹੜਾ ਤਾਂ ਹੁੰਦਾ ਪਾਵਰ ਵਾਲਾ, ਉਹ ਤਾਂ ਕਹਿੰਦੇ ਚੱਲ ਜਾਣ ਦੋ ਜੀ ਕੋਈ ਗੱਲ, ਜਿਹੜਾ ਵਿਚਾਰਾ ਬਾਰ ਪਾਤੜ ਹੁੰਦਾ ਉਹਦਾ ਚਲਾਨ ਕੱਢ ਦਿੰਦੇ ਨੇ ਤੁਸੀਂ ਦੇਖ ਕੇ ਵੀ ਤੇਰੇ ਕੋਲ ਆਹ ਨਹੀਂ ਹੈਗਾ, ਤੇਰੇ ਕੋਲ ਆਹ ਨਹੀਂ ਹੈਗਾ, ਠੀਕ ਆ ਨਹੀਂ? ਇੱਦਾਂ ਪ੍ਰਸ਼ਾਸਨ ਨੂੰ ਵੀ ਥੋੜ੍ਹੀ ਗੌਰ ਕਰਨੀ ਚਾਹੀਦੀ ਆ,
ਆਪਣੇ SSP ਸਾਹਿਬ ਆਏ ਸੀਗੇ, ਉਹਨਾਂ ਨੇ ਜਿੰਨਾ ਚਿਰ 6 ਮਹੀਨੇ ਕਿ 4 ਮਹੀਨੇ ਰਹੇ ਨੇ ਉਹਨਾਂ ਚਿਰ ਗੌਰ ਰਹੀ ਆ, ਹੁਣ ਉਹ ਚੇਂਜ ਹੋ ਗਏ ਤਾਂ ਮੁੜ ਕੇ ਫੇਰ ਉਹੀ ਹਾਲ ਆ। ਉਦੋਂ ਬਾਅਦ ਕੁਛ ਨੂੰ ਖੜ ਨਹੀਂ ਦਿੰਦੇ ਸੀਗੇ, ਉਹ ਗੇੜੇ ਤੇ ਗੇੜਾ ਰੱਖਦੇ ਸੀਗੇ, ਹੁਣ ਉਹ SSP ਸਾਹਿਬ ਬਦਲ ਗਏ, ਹੁਣ ਫੇਰ ਉਹੀ ਕੰਮ ਆ ਜੀ, ਬਸ ਇਹਨਾਂ ਦਾ ਕੋਈ ਪ੍ਰਸ਼ਾਸਨ ਕਹਿੰਦਾ ਵੀ ਆ ਨਹੀਂ। ਕਿਤੇ ਨਾ ਕਿਤੇ ਦੁਕਾਨਦਾਰ ਵੀ ਮੌਜੂਦ ਨੇ ਭਰਾ ਸਾਡੇ ਨਾਲ, ਬਾਈ ਜੀ ਕੀ ਨਾਮ ਹੈ? ਮੁਹੰਮਦ ਫਰਿਆਦ ਜੀ। ਫਰਿਆਦ ਜੀ, ਫਰਿਆਦ ਜੀ, ਤਕਰੀਬਨ ਇੱਥੇ ਇੱਕ ਬੱਚੇ ਦੀ ਵੀਡੀਓ ਵਾਇਰਲ ਹੋਈ ਸੀ ਜਿਹਨੂੰ ਇੱਕ ਗੱਡੀ ਟੱਕਰ ਮਾਰਦੀ ਹੈ ਤੇ 25 ਤੋਂ 30 ਫੁੱਟ ਜਾ ਕੇ ਪਰੇ ਡਿੱਗਦਾ, ਉਹ ਬੱਚਾ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਉਹ ਇੱਥੋਂ ਹੀ ਸੀ ਬੱਚਾ ਕਿਸੇ ਦਾ? ਜੀ, ਉਰੇ ਦਾ ਸੀਗਾ, ਦੁਕਾਨਦਾਰਾਂ ਦਾ ਬੱਚਾ ਸੀਗਾ। ਸਰ, ਉਰੇ ਸਾਨੂੰ ਬਹੁਤ ਜਿਹੜੀ ਸਮੱਸਿਆ ਆ ਰਹੀ ਆ ਉਹ ਡੇਲੀ ਐਕਸੀਡੈਂਟ ਹੁੰਦਾ, ਇੱਕ ਤਾਂ ਰੋਂਗ ਸਾਈਡ ਦੀ ਸਮੱਸਿਆ ਆ ਰਹੀ ਆ, ਦੂਸਰੇ ਨੰਬਰ ਤੇ ਇੱਥੇ ਲਾਈਟਿੰਗ ਦਾ ਕੋਈ ਪ੍ਰਬੰਧ ਨਹੀਂ ਹੈਗਾ, ਗੱਡੀ ਬਹੁਤ ਜ਼ਿਆਦਾ ਸਪੀਡ ਤੇ ਆ ਰਹੀ ਹੈ, ਇੱਥੇ ਤੋਂ ਇਸ ਤਰ੍ਹਾਂ ਕੋਈ ਸਾਈਨ ਲਗਾਤਾ ਜਾਵੇ ਜਿਹਦੇ ਨਾਲ ਗੱਡੀ ਸਲੋ ਹੋਵੇ ਔਰ ਐਕਸੀਡੈਂਟ ਜਿਹੜੇ ਘੱਟ ਹੋਣ। ਅਸੀਂ ਉਰੇ ਦੁਕਾਨਦਾਰ ਹਾਂ, ਅਸੀਂ ਡੇਲੀ ਦੇਖਦੇ ਹਾਂ, ਡੇਲੀ ਐਕਸੀਡੈਂਟ ਹੁੰਦਾ, ਡੇਲੀ ਐਕਸੀਡੈਂਟ ਹੁੰਦਾ, ਸਾਨੂੰ ਇਹਦੇ 'ਚ ਐਂ ਹੁੰਦਾ ਵੀ ਕਿਸੇ ਨੁਕਸਾਨ ਨਾ ਹੋਵੇ। ਇਸ ਵਜ੍ਹਾ ਨਾਲ ਅਸੀਂ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਆ, ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀਗਾ ਵੀ ਇੱਥੇ ਲਾਈਟ ਆ ਜਿਹੜਾ ਪ੍ਰਬੰਧ ਕੀਤਾ ਜਾਵੇ, ਔਰ ਦੂਸਰੇ ਨੰਬਰ ਤੇ ਕੈਮਰੇ ਜਿਹੜੇ ਸਰ ਇੱਥੇ ਲੱਗੇ ਹੋਏ ਆ ਆਲਰੇਡੀ ਪਹਿਲਾਂ ਲੱਗੇ ਹੋਏ ਆ, ਕੈਮਰੇ ਤਾਂ ਖਾਨਾ ਪੂਰਤੀ ਲਈ ਲੱਗੇ ਹੋਏ ਨੇ ਨਾ, 2 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਕੈਮਰੇ ਹਲੇ ਤੱਕ ਚਾਲੂ ਨਹੀਂ। ਬਿਲਕੁਲ ਸਰ, ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਗਿਆ ਉਹ ਦਿਖਾਓ, ਪਹਿਲਾਂ ਤਾਂ ਰੋਂਗ ਸਾਈਡ ਦੇ ਉੱਤੋਂ ਗੱਡੀ ਆ ਜਿਹੜੀ, ਮੈਂ ਕੈਮਰਾ ਪਰਸਨ ਨੂੰ ਜ਼ਰੂਰ ਕਹੂੰਗਾ ਕਿ ਰੋਂਗ ਸਾਈਡ ਦੇ ਉੱਤੋਂ ਗੱਡੀ ਲੈ ਕੇ ਆ ਰਹੇ ਨੇ, ਰੋਂਗ ਸਾਈਡ ਤੋਂ ਗੱਡੀ ਲੈ ਕੇ ਆ ਰਹੇ ਨੇ ਭਾਈ ਸਾਹਿਬ, ਰੋਂਗ ਸਾਈਡ ਤੋਂ ਕਿਉਂ ਲੈ ਕੇ ਆ ਰਹੇ ਹੋ? ਅੱਗੇ ਕੱਟ ਬਣਿਆ ਹੋਇਆ, ਕਿਉਂ ਨਹੀਂ ਲੈ ਕੇ ਆਏ? ਨਵਾਂ ਆਇਆ ਹੋ, ਤੁਹਾਨੂੰ ਕੱਟ ਉੱਥੇ ਪਤਾ ਨਹੀਂ, ਇੱਥੇ ਤੁਸੀਂ ਕੀ ਕਰਨਾ ਹੈ ਪਹਿਲਾਂ ਤੇ? ਕੀ ਕਰਨਾ ਹੈ ਇੱਥੇ? ਇਹ ਤਾਂ ਮਾਲ ਲਾਉਣ ਆਇਆ। ਮਾਲ ਲਾਉਣ ਆਇਆ, ਜੇ ਤੁਹਾਨੂੰ ਇੱਥੇ ਦਾ ਐਡਰੈਸ ਪਤਾ ਫਿਰ ਅੱਗੇ ਕਿਉਂ ਨਹੀਂ ਪਤਾ ਹੈਗਾ ਤੁਹਾਨੂੰ? ਗਲਤੀ ਹੋ ਗਈ ਤੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਅਣਗਹਿਲੀ, ਵੱਡਾ ਸੱਦਾ ਤੇ ਇਸ ਸਾਈਡ ਤੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਫਿਲਹਾਲ ਤੇ ਕੋਈ ਕਾਰਵਾਈ ਨਹੀਂ ਹੈਗੀ। ਇੱਥੇ ਦਾ ਪ੍ਰਸ਼ਾਸਨ ਹੈ ਜਿਹੜਾ ਸੁੱਤਾ ਪਿਆ, ਤੇ ਦੁਬਾਰਾ ਫੇਰ ਗੱਲਬਾਤ ਕਰਾਂਗੇ ਉਹਨਾਂ ਨੌਜਵਾਨ ਆਗੂਆਂ ਦੇ ਨਾਲ ਜਿਹੜੇ ਕਹਿੰਦੇ ਸੀ ਵੀ ਇੱਥੇ ਸੱਦਾ ਤੇ ਮੌਤ ਨੂੰ ਦਿੱਤਾ ਜਾਂਦਾ। ਬਾਈ ਜੀ, ਹੁਣੇ ਦੇਖਿਆ ਵੀ ਜਿਹੜਾ ਰੋਂਗ ਸਾਈਡ ਤੋਂ ਗੱਡੀ ਆ ਰਹੀ ਸੀ, ਕੀ ਗੱਲ ਜੀ ਇਹ? ਇਹਨਾਂ ਤੇ ਕੋਈ ਕਾਰਵਾਈ ਬਣਦੀ ਨਹੀਂ? ਕਾਰਵਾਈ ਬਣਦੀ ਹੈ ਜੀ, ਬਣਦੀ ਹੈ, ਜ਼ਰੂਰ ਕਰਨੀ ਚਾਹੀਦੀ ਹੈ ਕਾਰਵਾਈ, ਇਹਦੇ ਇਹੀ ਤਾਂ ਐਕਸੀਡੈਂਟ ਹੋ ਰਹੇ ਨੇ ਜੀ। ਤੇ ਜੇ ਅਸੀਂ ਖਬਰ ਕਵਰ ਕਰਦੇ ਆ ਫਿਰ ਕਿਹਾ ਜਾਂਦਾ ਵੀ ਪੱਤਰਕਾਰ ਮਾਰਾ ਬਲੈਕਮੇਲ, ਅਸੀਂ ਜੀ ਉਹਨਾਂ ਤੋਂ ਕੋਈ ਪੈਸੇ ਦੀ ਮੰਗ ਕਰਦੇ ਆ। ਪੱਤਰਕਾਰ ਦੀ ਸ਼ਲਾਘਾ ਕਰਦੇ ਆ ਜੀ, ਅਸੀਂ ਤੁਹਾਨੂੰ ਬੁਲਾਇਆ ਤੇ ਸਾਨੂੰ ਦੋਕਾ ਜੀ ਤੁਹਾਨੂੰ ਤਾਂ ਬੁਲਾਇਆ ਤੇ ਸਾਨੂੰ ਕੀ ਲੋੜ ਆ ਕਰਨ ਦਾ? ਇੱਕ ਸਾਡੀ ਪ੍ਰੋਬਲਮ ਇਹ ਆ, ਜਿੱਦਾਂ ਸੀਐਮ ਭੰਗਾ ਸਮਾਨ ਨੇ ਟੋਲ ਪਲਾਜ਼ਾ ਬੰਦ ਕਰਿਆ, ਹਾਂਜੀ, ਉਸ ਤੋਂ ਬਾਅਦ ਸਾਡੀਆਂ ਬੱਤੀਆਂ ਦੇਖ ਲਓ ਦੀਆਂ ਸਾਰੀਆਂ ਬੰਦ ਪਈਆਂ ਨੇ, ਇਸ ਕਰਕੇ ਚੋਰੀ ਵੀ ਬਹੁਤ ਹੋ ਰਹੀ ਆ ਸਾਡੇ ਸਾਡੇ ਤੇ, ਉਹਦੇ ਵੀ ਛੋਟੇ ਛੋਟੇ ਗੌਰ ਕਰੀ ਜਾਵੇ। ਚੋਰੀ ਦਾ ਸਮਾਨ ਹੈ ਜਿਹੜਾ, ਇੱਥੇ ਚੋਰੀਆਂ ਬਹੁਤ, ਗੱਲਬਾਤ ਬਾਈ ਜੀ ਨੇ ਵੀ ਕੀਤੀ ਹੈ, ਪਰ ਕੀ ਉਹਨਾਂ ਦਾ ਸਮਾਨ ਦੁਕਾਨਦਾਰਾਂ ਦਾ ਮਿਲ ਜਾਂਦਾ ਜੀ? ਨਹੀਂ, ਸਮਾਨ ਨਹੀਂ ਮਿਲਿਆ, ਨਹੀਂ ਕੋਈ ਨਹੀਂ ਮਿਲਦਾ। ਹਾਂਜੀ, ਜਿੰਨਾ ਸਮਾਨ ਚੋਰੀ ਹੋਇਆ ਉਹਨਾਂ ਸਮਾਨ ਕੋਈ ਬਰਾਮਦ ਨਹੀਂ ਹੋਇਆ ਲਈ, ਉਹ ਵਿਚਾਰਾ ਕਹਿੰਦੇ ਹੁਣ ਕੋਰਟ ਕੇਸ ਚੱਲਦਾ, ਵਕੀਲ ਕਰਨਾ ਪਊਗਾ। ਹਾਂਜੀ, ਉਹ ਕਹਿੰਦਾ ਮੇਰਾ ਉਹਨੇ ਦਾ ਸਮਾਨ ਨਹੀਂ ਹੈਗਾ, ਉਹਨੇ ਭੈਣ ਦਾ ਮੈਨੂੰ ਦੁਬਾਰਾ ਫੇਰ ਸਮਾਨ ਲੈਣਾ ਪੈ ਗਿਆ, ਉਲਟਾ ਭੈਣ ਕਹਿੰਦੇ ਸਮਾਨ ਮਹਿੰਗਾ ਸੀਗਾ, ਇਹ ਸਮੱਸਿਆ ਬਹੁਤ। ਪਾਣੀ ਦੀ ਬਹੁਤ ਸਾਡੀ ਸਮੱਸਿਆ ਇੱਥੇ ਜੀ, ਅਸੀਂ 30-35 ਸਾਲ ਤੋਂ ਬੈਠੇ ਹਾਂ ਇੱਥੇ, ਨਾ ਸਾਨੂੰ ਇੱਥੇ ਪਾਣੀ ਪੀਣ ਨੂੰ ਆਉਂਦਾ, ਨਾ ਸਾਡਾ ਸੀਵਰੇਜ ਦਾ ਪਾਣੀ ਆ, ਕੋਈ ਅਧਿਕਾਰੀ ਆਉਂਦੇ ਨੇ ਉਹ ਕਹਿੰਦੇ ਅਸੀਂ ਸਰਵੇਖਣ ਲਾ ਲਿਆ, ਦੇਖਾਂਗੇ ਕਰਾਂਗੇ, ਦੱਸਦੇ ਹਾਂ ਵੀ ਸਾਨੂੰ 30-35 ਸਾਲ ਵਿੱਚ ਪਾਣੀ ਨਹਾਉਣਾ ਹੁੰਦਾ ਤਾਂ ਮੂਹਰੇ ਟੋਆ ਪੱਟਿਆ ਹੋਇਆ ਉਹ ਤੋਂ ਪਾਣੀ ਖਾਲੀ ਕਰਦੇ ਹਾਂ ਤਾਂ ਨਹਾਉਂਦੇ ਹਾਂ, ਜੇ ਖਾਲੀ ਨਹੀਂ ਕਰਦੇ ਹੈਗੇ ਤਾਂ PWD ਆਉਂਦੇ ਆ, ਉਹ ਕਹਿੰਦੇ ਅਸੀਂ ਤੁਹਾਡਾ ਚਲਾਨ ਕਰਾਂਗੇ, ਰੋਡ ਤੇ ਪਾਣੀ ਤੁਹਾਡਾ ਕਿਉਂ ਆਉਂਦਾ ਜੀ? ਇਸ ਕਰਕੇ 30-35 ਸਾਲ ਤੋਂ ਇੰਨੀ ਸਮੱਸਿਆ ਦਾ ਜੂਝ ਰਹੇ ਹਾਂ ਅਸੀਂ ਵੀ 2 ਘੜੀ ਨਹਾਉਣਾ ਵੀ ਛੇਤੀ ਨਹੀਂ ਸਾਨੂੰ ਮਿਲਦਾ ਹੈਗਾ,
ਵੀ ਪੂਰੇ ਪਾਣੀ ਕੱਢਣਾ, ਪਾਣੀ ਕਿੱਥੇ ਪਾਈਏ ਜਾ ਕੇ, ਤੇ ਫੀਲਿੰਗ ਆਉਂਦੀ ਹੋਊ ਵੀ ਕਿਤੇ ਬਾਹਰਲੇ ਮੁਲਕ 'ਚ ਤਾਂ ਨਹੀਂ ਰਹਿੰਦੇ ਵੀ ਪਾਣੀ ਨਹੀਂ ਆਪਾਂ ਬਰਬਾਦ ਕਰਨਾ। ਮੈਂ ਕਹਿੰਦਾ ਪੁੱਛੋ ਨਾ ਜੀ ਕੁਛ, ਨਹਾਉਣ ਤੋਂ ਪਹਿਲਾਂ ਇਹ ਸੋਚਣਾ ਪੈਂਦਾ ਮੂਹਰੇ ਟੋਏ ਤੇ ਪਾਣੀ ਤਾਂ ਨਹੀਂ ਹੈਗਾ ਪਹਿਲਾਂ ਜੀ। ਅੱਛਾ, ਪਹਿਲਾਂ ਟੋਆ ਖਾਲੀ ਉਹਦਾ ਹੱਲ ਕਿਵੇਂ ਕਰਦੇ ਹੋ? ਪੀਪੀਆਂ ਨਾਲ ਕੱਢਦੇ ਹੋ? ਪੀਪੀਆਂ ਨਾਲ ਕੱਢਦੇ ਆ ਜੀ, ਪੀਪੀਆਂ ਨਾਲ ਕੱਢ ਕੇ ਰੋਡ ਦੇ ਪਰਲੇ ਪਾਸੇ ਪਾ ਕੇ ਆਉਂਦੇ ਹਾਂ ਜਾ ਕੇ ਜੀ, ਆਲੇ ਦੁਆਲੇ ਸੜਕ ਕਰਦੇ ਹਾਂ ਜੀ ਜਾ ਕੇ। 30-35 ਸਾਲ ਨੂੰ ਪਾਣੀ ਦੇ ਵਿੱਚ ਇੰਨੀ ਸਮੱਸਿਆ, ਮਤਲਬ ਬਿਮਾਰੀ ਇਹਨੂੰ ਖੁਦ ਆਪ ਸੱਦਾ ਦੇ ਰਹੇ ਹੋ? ਸੱਦਾ ਦੇ ਰਹੇ ਹਾਂ ਜੀ, ਹਾਂ ਤਾਂ ਖੁਦ ਦੇ ਰਹੇ ਹਾਂ ਜੀ, ਪਰ ਸਾਡੀ ਕੋਈ ਸੁਣ ਨਹੀਂ ਰਿਹਾ ਜੀ, ਜਿਹੜਾ ਆਉਂਦਾ ਸਾਨੂੰ ਸਮਰਥਨ ਦੇ ਜਾਂਦਾ। ਉੱਥੇ ਕਰਵਾਈ ਸੀਗੀ ਤੇ ਸਾਨੂੰ ਮਨਜ਼ੂਰ, ਉਹਦੇ ਵਿੱਚ ਵੀ ਸਾਡਾ ਡਰੇਨ ਰਾਹੀਂ ਪਾਣੀ ਪਾਇਆ ਜਾਵੇ, ਡਰੇਨ ਚ ਪਾਇਆ ਜਾਵੇ ਪਾਣੀ, ਪਾਇਪ ਲੱਭ ਕੇ ਸੀਵਰੇਜ ਪਾ ਕੇ, ਤੇ ਸਾਨੂੰ ਰੋਡ ਨੇ ਮਨਜ਼ੂਰੀ ਨਹੀਂ ਦਿੱਤੀ। ਜਦੋਂ ਇਹ ਕਹਿੰਦੇ ਵੀ 100 ਫੁੱਟ ਛੱਡ ਕੇ ਪਾਓ, ਵੀ ਅਸੀਂ ਨਹੀਂ ਪਾਉਣ ਦੇ ਰਹੇ। ਕਿਤੇ ਨਾ ਕਿਤੇ ਦੁਕਾਨਦਾਰ ਵੀ ਮੌਜੂਦ ਹੈ, ਤੁਸੀਂ ਦੁਕਾਨਦਾਰ ਹੋ? ਹਾਂਜੀ ਹਾਂਜੀ। ਤੇ ਕੀ ਕੀ ਸਮੱਸਿਆ, ਕਿਉਂਕਿ ਮੈਨੂੰ ਲੱਗਦਾ ਤੁਹਾਡੀ ਉਮਰ ਵੀ ਕਾਫੀ ਹੋ ਗਈ ਹੋਣੀ ਆ ਦੁਕਾਨਦਾਰੀ ਕਰਦੇ ਹੋਏ, ਕੀ ਕੁਝ ਸਮੱਸਿਆਵਾਂ ਦੇਖਦੇ ਹੋ ਡੇਲੀ, ਕੀ ਕੀ ਤੁਹਾਡੀਆਂ ਤਕਲੀਫਾਂ ਨੇ? ਮੈਂ ਤਾਂ ਜੀ, ਮੈਨੂੰ ਹੋ ਗਏ 45 ਸਾਲ ਇਸੇ ਤੇ ਕੰਮ ਕਰਦੇ ਨੂੰ, ਤੇ ਮੈਂ ਬਹੁਤ ਚੜਦਾ ਇਹੀ ਕੁਝ ਦੇਖਦਾ। ਪਹਿਲਾਂ ਤੋਂ ਅਸੀਂ ਇਹੀ ਮੰਗ ਕਰਦੇ ਆਉਂਦੇ ਹਾਂ ਵੀ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਤੇ ਸਾਨੂੰ ਪਾਣੀ ਪੀਣ ਵਾਸਤੇ ਵੀ ਹੋਣਾ ਚਾਹੀਦਾ, ਤੇ ਪਹਿਲਾਂ ਤੋਂ ਜਿੰਨੇ ਵੀ ਗਰੀ MLA ਆਏ ਨੇ, ਅਸੀਂ ਬਹੁਤ MLA ਨੂੰ ਵੀ ਬੇਨਤੀਆਂ ਕਰਕੇ ਕਿਹਾ ਕਿ ਥੱਕ ਗਏ ਹਾਂ। ਇੱਕ ਨਾ ਤਾਂ ਇੱਥੇ ਲਾਈਟਾਂ ਦਾ ਪ੍ਰਬੰਧ ਆ, ਇੱਕ ਆ ਜਿਹੜੀ ਰੌਂਗ ਸਾਈਡ, ਮੈਂ ਹੁਣ ਵੀ ਉਹੀ ਗੱਲ ਕਹਿਣਾ ਵੀ ਇਹ ਮੈਂ 20 ਸਾਲ ਪਹਿਲਾਂ ਵੀ ਕਹੀ ਸੀ ਆ, ਜਦ ਬਣਾਈ ਸੀ ਕੱਟ, ਜਦ ਵੀ ਮੈਂ ਰੋਕਦਾ ਸੀ ਵੀ ਇੱਥੇ ਕੱਟ ਨਾ ਲਾਓ, ਵੀ ਇਹ ਸੂਈਆਂ ਨੂੰ ਸਿੱਧਾ ਕੱਟ ਦਿਓ, ਪਰ ਇਹਨਾਂ ਨੇ ਕਿਸੇ ਨੇ ਸੁਣੀ ਨਹੀਂ, ਸਾਡੀ ਸੁਣਵਾਈ ਨਹੀਂ ਕਰਦੇ ਕੋਈ। ਅੱਛਾ, ਇੱਕ ਗੱਲ ਮੈਂ ਇੱਥੇ ਹੋਰ ਸੁਣੀ ਸੀ, ਕੋਈ ਭਾਈ ਸਾਹਿਬ ਪਿੱਛੇ ਖੜੇ ਗੱਲ ਕਰ ਰਹੇ ਸੀ ਵੀ ਤਕਰੀਬਨ 1.5-2 ਸਾਲ ਪਹਿਲਾਂ ਇੱਥੇ ਐਕਸੀਡੈਂਟ ਹੋਇਆ, ਉਹਨੂੰ ਬਚਾਉਂਦੇ ਬਚਾਉਂਦੇ ਇੱਕ ਹੋਰ ਨੌਜਵਾਨ ਦੀ, ਉਹਨੂੰ ਚੱਕਦੇ ਚੱਕਦੇ ਉੱਤੇ ਗੱਡੀ ਚੜ ਗਈ ਜੀ। ਉਹ ਮੁੰਡਾ ਹੈਗਾ ਜੀ ਸਾਡੇ ਗੁਆਂਢੀ ਸੰਗਰਾ ਸਿੰਘ, ਉਹ ਧੁੰਦ ਦਾ ਕਾਰਨ ਸੀਗਾ, ਉਹ ਐਕਸੀਡੈਂਟ ਦੇ ਵਿੱਚ ਦੂਜੀ ਗੱਡੀ ਉਹਨੂੰ ਸੰਭਾਲਦੇ ਨੂੰ ਆ ਕੇ ਦੂਜੀ ਗੱਡੀ ਵਾਲੇ ਨੇ ਉਹਨੂੰ ਚੱਕ ਲਿਆ, ਵਿਚਾਰੇ ਦੀ ਮੌਤ ਹੋ ਗਈ, ਤੇ ਛੋਟੇ ਛੋਟੇ ਬੱਚੇ ਆ ਵਿਚਾਰੀ ਲੜਕੀ ਬਹੁਤ ਔਖੇ ਪਾਲਦੇ। ਹੁਣ ਮੰਗ ਕੀ ਕਰਦੇ ਵੀ ਇੱਥੇ ਜਾਥੇ ਲਾਈਟਾਂ ਨਹੀਂ ਲੱਗਦੀਆਂ, ਪੁਲਿਸ ਅਧਿਕਾਰੀ ਮੌਜੂਦ ਹੋਣੇ ਚਾਹੀਦੇ ਜੀ? ਅਸੀਂ ਤਾਂ ਕਹਿੰਦੇ ਪੁਲਿਸ ਹਰਮਤ ਹੋਣੀ ਚਾਹੀਦੀ, ਨਾਲ ਤਾਂ ਜਿਹੜੇ ਆਹ ਚੋਰ ਫਿਰਦੇ ਨੇ, ਜਿਹੜੇ ਚੋਰ ਫਿਰਦੇ ਨੇ ਚਾਰ ਚਾਰ ਬਹਿ ਕੇ ਗਿੜੇ ਕੱਢਦੇ ਫਰੀ ਜਾਂਦੇ ਨੇ, ਉਹ ਹਟ ਜਾਣਗੇ ਬਿਨਾਂ ਨੰਬਰ ਪਲੇਟਾਂ, ਬਹੁਤ ਜ਼ਿਆਦਾ ਘੁੰਮਦੇ ਆ, ਉਹਨਾਂ ਤੋਂ ਸਾਨੂੰ ਦਿੱਕਤ ਆ। ਬਾਕੀ ਮੇਨ ਸਾਡੀ ਮੰਗ ਇਹ ਵੀ ਆ ਵੀ ਇੱਥੇ ਚੌਂਕ ਚੋਂ ਅੱਡਾ ਪਰੇ ਹੋਣਾ ਚਾਹੀਦਾ ਬਸ ਦਾ, ਅੱਡਾ ਬਣਿਆ ਹੋਇਆ ਪਰ ਰੂਲ ਨਹੀਂ ਫੋਲੋ ਕਰ ਰਹੇ ਕਿਤੇ ਨਾ ਕਿਤੇ। ਜਿਹੜੇ ਵਸਨੀਕ ਨੇ ਉਹ ਬਹੁਤ ਜ਼ਿਆਦਾ ਦੁਖੀ ਮਨ ਦੇ ਨਾਲ ਇਹ ਬੇਨਤੀਆਂ ਕਰ ਰਹੇ ਨੇ ਸਰਕਾਰ ਅੱਗੇ, ਤੇ ਕਹਿ ਰਹੇ ਨੇ ਵੀ ਜਿਹੜਾ ਉਹ ਸਟੋਪੇਜ ਅੱਗੇ ਜਾ ਕੇ ਬਣਿਆ ਹੋਇਆ ਹੈ, ਬੱਸ ਵੀ ਜਿਹੜੀ ਆ ਹਰ ਬੱਸ ਉੱਥੇ ਰੁਕਣੀ ਚਾਹੀਦੀ ਹੈ, ਤੇ ਐਕਸੀਡੈਂਟਾਂ ਦੇ ਵਿੱਚ ਕਹਿ ਲਈਏ ਵੀ ਇੱਕ ਕਮੀ ਆਊਗੀ। ਤੇ ਦੂਸਰੀ ਗੱਲ, ਇੱਥੇ ਜਿਹੜੇ ਕੈਮਰੇ ਨੇ ਉਹਨਾਂ ਦੀ ਮੰਗ ਕੀਤੀ ਹੈ, ਤਕਰੀਬਨ 2-2.5 ਸਾਲ ਹੋ ਗਏ ਉਹ ਨਹੀਂ ਕੰਮ ਕਰ ਰਹੇ, ਕੋਈ ਚੋਰੀਆਂ ਹੁੰਦੀਆਂ ਨੇ ਉਹਦੀ ਰਿਕਾਰਡਿੰਗ ਨਹੀਂ ਆਉਂਦੀ, ਤੇ ਪੁਲਿਸ ਅਧਿਕਾਰੀਆਂ ਦੇ ਹੱਥ ਨਹੀਂ ਕੁਝ ਲੱਗਦਾ, ਤੇ ਦੁਕਾਨਦਾਰ ਨੇ ਉਹ ਵਿਚਾਰੇ ਆਪਣਾ ਵੱਡਾ ਨੁਕਸਾਨ ਕਰਵਾ ਬੈਂਦੇ ਨੇ। ਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਆ ਉਹ ਪ੍ਰਸ਼ਾਸਨਿਕ ਅਧਿਕਾਰੀ ਸੁਣਦੇ ਨੇ, ਉਸ ਦੇ ਉੱਤੇ ਗੌਰ ਫਰਮਾਉਂਦੇ ਨੇ, ਜਾਂ ਫਿਰ ਇਹ ਫਿਰ ਏਦਾਂ ਹੀ ਗੱਲਾਂ ਨੇ ਜਿਹੜੀਆਂ ਹਵਾ ਦੇ ਵਿੱਚ ਹੀ ਉੱਡਦੀਆਂ ਨਜ਼ਰ ਆਉਣਗੀਆਂ। ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਪੰਜਾਬੀ ਲੋਕ ਚੈਨਲ ਲਈ ਮਲੇਰਕੋਟਲਾ ਤੋਂ ਪ੍ਰਕਾਸ਼ ਸ਼ਰਮਾ ਦੀ ਇਹ ਵਿਸ਼ੇਸ਼ ਰਿਪੋਰਟ।